ਥੋੜ੍ਹੀ ਜਿਹੀ ਗਲਤੀ ਬੰਦੇ ਨੂੰ ਮੌਤ ਦਾ ਮੂੰਹ ਦਿਖਾ ਦਿੰਦੀ ਹੈ। ਪਰ ਇਨਸਾਨ ਗਲਤੀਆਂ ਦਾ ਪੁਤਲਾ ਜੋ ਅਕਸਰ ਘਰ ਬੈਠਦਾ, ਜਿਸ ਨਾਲ ਉਸਦੀ ਜਾਨ ਤੱਕ ਦਾ ਵੀ ਨੁਕਸਾਨ ਹੋ ਸਕਦਾ। ਅਜਿਹੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਤਸਵੀਰਾਂ ਕੋਈ ਆਮ ਨਹੀਂ, ਸਗੋਂ ਵਿਅਕਤੀ ਦੇ ਟਰੈਕਟਰ 'ਚ ਲਪੇਟ ਆਉਂਦੀਆਂ ਨੇ, ਜਿਵੇਂ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ। ਨੌਜਵਾਨਾਂ ਵੱਲੋਂ ਚੌੜ ਚਾ ਕੇ ਅਜਿਹੇ ਕੰਮ ਕੀਤੇ ਜਾਂਦੇ ਨੇ, ਪਰ ਇਹ ਕੰਮ ਸਹੀ ਨੇ ਜਾਂ ਗਲਤ, ਇਸਦਾ ਫੈਸਲਾ ਤੁਸੀਂ ਕਰਨਾ। ਫਿਲਹਾਲ ਇਹ ਵੀਡੀਓ ਕਿੱਥੋਂ ਦੀ ਹੈ, ਇਸ ਬਾਰੇ ਸਾਡਾ ਚੈਨਲ ਕੋਈ ਪੁਸ਼ਟੀ ਨਹੀਂ ਕਰਦਾ। ਬਿਊਰੋ ਰਿਪੋਰਟ, ਰੋਜ਼ਾਨਾ ਟਾਈਮਜ਼।